ਖੰਨਾ ਦਾ ਰੋਸ ਮੁਜ਼ਾਹਰਾ ਪੂਰੇ ਜ਼ੋਰਾਂ 'ਤੇ ਹੈ। ਇਸ ਤੋਂ ਬਾਅਦ ਤੁਹਾਨੂੰ ਵੀ ਗੁਜ਼ਾਰਿਸ਼ ਹੈ ਵੀ ਆਪਣੇ ਮੀਡੀਆ ਰਾਹੀਂ ਰਿਪੋਰਟ ਦਿਓ, ਪੂਰਾ ਬਾਜ਼ਾਰ ਬੰਦ ਹੈ ਅਤੇ ਓਕੇ ਹੋ ਗਈ ਹੈ ਰਿਪੋਰਟ। ਕਿੰਨੇ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਜੀ? ਇਹ ਆਲ ਸੰਯੁਕਤ ਮੋਰਚਾ ਜੀ, ਜੋ ਵੀ ਆਏਗਾ ਵੈਲਕਮ ਹੈ, ਸਾਰੀਆਂ ਐਸੋਸੀਏਸ਼ਨਾਂ ਸਾਰੀਆਂ ਨਾਲ ਨੇ। ਕਿੱਥੇ ਧਰਨਾ ਲਾਇਆ ਜਾ ਰਿਹਾ? ਇਹ ਖੰਨੇ ਦੇ ਮੇਨ ਗੁਰੂ ਅਮਰਦਾਸ ਮਾਰਕੀਟ ਹੈ। ਜਦੋਂ ਪਹਿਲਾਂ ਅੰਦੋਲਨ ਲੱਗੇ ਸੀ ਜਦ ਵੀ ਇੱਥੇ ਹੀ ਲੱਗਦਾ ਸੀ ਅਤੇ ਹੁਣ ਵੀ ਲੱਗਿਆ, ਅਤੇ ਅਸੀਂ ਤਾਂ ਗੱਲ ਇਹੀ ਕਹਿੰਦੇ ਵੀ ਸਰਕਾਰ ਦੀ ਮਾਰੂ ਨੀਤੀ ਅਤੇ ਮਾਰੂ ਸੋਚ ਦਾ ਸਾਨੂੰ ਇੱਥੇ ਕੱਫੜ ਵਿਛਾ ਕੇ ਬੈਠਣਾ ਕਿਉਂ ਪੈਂਦਾ? ਇਹਨੂੰ ਆਪਣੇ ਮੀਡੀਆ ਰਾਹੀਂ ਆਵਾਜ਼ ਦਿਓ ਤਾਂ ਕਿ ਪੂਰੇ ਭਾਰਤ 'ਚ ਆਵਾਜ਼ ਜਾਵੇ ਉਹਨਾਂ ਦੀਆਂ ਦਲੀਲਾਂ ਨਾਲ ਲੱਗੇ। ਹੋਰ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਟੈਸਟ ਇੱਥੇ ਕੀਤੇ ਜਾਵੇਗਾ ਅੱਜ ਜੀ? ਪ੍ਰੋਟੈਸਟ ਅੱਜ ਤਾਂ ਬਿਲਕੁਲ ਭਾਰਤ ਬੰਦ ਦਾ ਸੱਦਾ ਦੇ ਰਿਹਾ ਸੀ, ਟਰੈਕਟਰ ਘੁੰਮ ਰਹੇ ਨੇ ਅਤੇ ਬਾਜ਼ਾਰ ਬੰਦ ਕਰ ਰਹੇ ਨੇ, ਸਾਰਾ ਪੰਜਾਬ ਬੰਦ ਹੋ ਗਿਆ। ਤੁਸੀਂ ਵੀ ਰਿਪੋਰਟ ਲੈ ਲੈਣੀ ਹੈ, ਸਹਿਯੋਗ ਦਿੰਦੇ ਨੇ। ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ? ਆਉਣ ਵਾਲੇ ਦਿਨਾਂ 'ਚ ਦੋ ਦਿਨ ਬਾਅਦ ਅਸੀਂ ਭਾਰਤ ਬੰਦ ਦੀ ਕਾਲ ਕਰਕੇ ਰੁਕੇ ਸੀ, ਸੰਯੁਕਤ ਮੋਰਚੇ ਦੀ 18 ਨੂੰ ਮੀਟਿੰਗ ਹੈ, ਉਹ 'ਚ ਫੈਸਲਾ ਲਿਆ ਜਾਊਗਾ। ਜੋ ਫੈਸਲਾ ਆਏਗਾ ਪੂਰੇ ਪੰਜਾਬ ਦੇ ਅਤੇ ਭਾਰਤ ਦੇ ਪ੍ਰਧਾਨ ਉਹਦੇ 'ਤੇ ਫੁੱਲ ਚੜਾਉਣਗੇ। ਪ੍ਰਚਾਰ ਕੀਤਾ ਜਾ ਰਿਹਾ ਕਿ ਕਿਸਾਨ ਯੂਨੀਅਨ ਆਪਸ ਵਿੱਚ ਇੱਕ ਨਹੀਂ ਹੈਗੀ ਆ, ਇਸ ਕਰਕੇ ਜਿਹੜਾ ਐਸਾ ਕੁਛ ਨਹੀਂ ਹੈ। ਜਿੰਨੀਆਂ ਜਥੇਬੰਦੀਆਂ ਨੇ ਆਪਣੀ ਆਪਣੀ ਜਗ੍ਹਾ ਉਹ ਸਹੀ ਕੰਮ ਕਰ ਰਹੀਆਂ ਨੇ, ਇੱਕ ਮਸਲੇ 'ਤੇ ਲੜ ਰਹੀਆਂ ਨੇ, ਕਿਉਂਕਿ ਹੁਣ ਮੁੱਖ ਮੰਤਰੀ ਨੇ ਪੂਰਾ ਪੰਜਾਬ ਤੋਂ ਉਹਨਾਂ ਤੋਂ ਵੀ ਨਹੀਂ ਸੂਤ ਆਉਂਦਾ। ਜਿਹੜਾ ਜਿੱਥੇ ਬੈਠਾ ਕੰਮ ਕਰ ਰਿਹਾ ਉਹ ਸਲਾਹਾਂ ਯੋਗ ਹੈ, ਸਾਰੇ ਇੱਕ ਨੇ ਇੱਕੋ ਹੀ ਮੁੱਦਾ। ਇਸ ਤਰ੍ਹਾਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ 'ਚ ਯੂਨੀਅਨਾਂ ਇਕੱਠੀਆਂ ਹੋਈਆਂ ਸੀਗੀਆਂ ਅਤੇ ਉਸ ਤਰ੍ਹਾਂ ਦਾ ਮਾਹੌਲ ਫਿਰ ਹੋਊਗਾ? 18 ਦੀ ਮੀਟਿੰਗ 'ਚ ਤੁਹਾਨੂੰ ਸਾਹਮਣੇ ਰਿਜ਼ਲਟ ਆ ਜਾਏਗਾ, ਕੋਈ ਨਾ ਕੋਈ ਫੈਸਲਾ ਲਿਆ ਜਾਊਗਾ। ਬਾਜ਼ਾਰ 'ਚੋਂ ਸੁਭਾਸ਼ ਬਾਜ਼ਾਰ 'ਚੋਂ ਮਲਹੋਤਰਾ ਜੀ ਨੇ ਸਾਰੇ ਮੈਸੇਜ ਕਰਕੇ ਬੰਦ ਕਰਵਾਤਾ, ਸੁਨਿਆਰਾ ਬਾਜ਼ਾਰ ਨੇ ਕਰਤਾ, ਅਤੇ ਆਪਣੇ ਪ੍ਰਧਾਨ ਜੀ ਨੇ ਰੇਲਵੇ ਰੋਡ ਵਾਲੇ ਹੋਲਸੇਲ ਮਾਰਕੀਟ ਉਹਨਾਂ ਨੇ ਕਰਤਾ, ਆਪਣੇ ਮਲੇਰਕੋਲਾ ਰੋਡ ਆ ਉਹਨਾਂ ਨੇ ਵੀ ਕਰਤਾ। ਇਹ 6-7 ਰਿਪੋਰਟਾਂ ਓਕੇ ਹੋ ਚੁੱਕੀਆਂ ਨੇ, ਬਾਕੀ ਅਸੀਂ ਮੈਸੇਜ ਕਨਵੇ ਕਰ ਰਹੇ ਅਤੇ ਹੋ ਰਿਹਾ, ਹੋ ਗਿਆ। ਮੰਨ ਲਓ ਲੰਘਣ ਲਈ 5-6 ਚੀਜ਼ਾਂ ਨੇ ਜੋ ਰੱਬ ਲੱਗਦੀਆਂ ਨੇ, ਕੋਈ ਮਰ ਗਿਆ, ਕੋਈ ਵਿਆਹ ਹੈ, ਐਂਬੂਲੈਂਸ ਹੈ, ਪੇਸ਼ੈਂਟ ਹੈ, ਸਟੂਡੈਂਟ ਹੈ, ਪੱਕੇ ਪੇਪਰ ਚੱਲ ਪਏ ਨੇ, ਇਹੋ ਜਿਹੀਆਂ ਸਹੂਲਤਾਂ ਨੇ। ਮੈਂ ਹੁਣੇ ਅਫੀਸਰ ਸਾਹਿਬਾਂ ਨੂੰ ਬੇਨਤੀ ਕਰਕੇ ਆਇਆ ਵੀ ਕਿਸੇ ਨੂੰ ਵੀ ਇਹਨਾਂ ਚੀਜ਼ਾਂ ਨੂੰ ਤੰਗ ਨਾ ਕਰਾਇਆ, ਵੀ ਅਸੀਂ ਸਪੈਸ਼ਲ ਬਕਾਇਦਾ ਉਹਨਾਂ ਰਾਹ ਰੱਖਿਆ, ਤੁਹਾਡੇ ਸਾਹਮਣੇ ਹੁਣੇ ਵਿਆਹ ਵਾਲੀ ਗੱਡੀ ਕੱਢੀ ਹੈ। ਕਿਸੇ ਨੂੰ ਪਰੇਸ਼ਾਨ ਕਰਨਾ ਕਿਸੇ ਦਾ ਵੀ ਮਕਸਦ ਨਹੀਂ ਹੈ, ਮਕਸਦ ਹੈ ਜੋ ਉਹ ਸਾਰਾ ਇਲੈਕਟ੍ਰਿਕ ਮੀਡੀਆ ਰਾਹੀਂ ਅਤੇ ਅਖਬਾਰਾਂ ਰਾਹੀਂ ਦੇ ਚੁੱਕਿਆ ਸੀ, ਇੱਕੋ ਮਸਲੇ 'ਤੇ ਲੜ ਰਹੇ ਹਾਂ ਸੰਯੁਕਤ ਮੋਰਚੇ। ਲੋਕਾਂ ਦਾ ਬਹੁਤ ਵਧੀਆ ਸਮਰਥਨ ਆ ਜੀ, ਅਤੇ ਜੋ ਕੱਲ੍ਹ ਭਾਰਤ ਬੰਦ ਦੀ ਕਈ ਦਿਨ ਪਹਿਲਾਂ ਦੀ ਕਰੀ ਹੋਈ ਆ ਉਸਦੇ ਆਧਾਰ 'ਤੇ ਹੁਣ ਟੋਟਲ ਬਾਜ਼ਾਰ ਬੰਦ ਹੋ ਚੁੱਕਿਆ, 12:15 ਹੋ ਗਏ, ਅਤੇ ਤਕਰੀਬਨ ਸਾਡੇ ਕਿਸਾਨਾਂ ਦੇ ਮਜ਼ਦੂਰ ਦੁਕਾਨਦਾਰ ਸਾਰੇ ਸਾਡੇ ਨਾਲ ਨੇ। ਹੁਣ ਉਹ ਬੇਨਤੀ ਵੀ ਕਰਕੇ ਆਇਆ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਸੀ ਵੀ ਉਹਨਾਂ ਨੇ ਬੇਨਤੀ ਸਾਡੀ ਕਬੂਲ ਕਰੀ ਆ, ਕਿਉਂਕਿ ਸਾਰਾ ਟੋਟਲ ਬਾਜ਼ਾਰ ਬੰਦ ਹੋ ਗਿਆ ਸਾਡਾ ਜੀ। ਸਾਰੇ ਖੰਨੇ ਦੇ ਐਂਬੂਲੈਂਸ ਡਰਾਈਵਰ ਭਰਾ ਅਸੀਂ ਇਹ ਕਿਸਾਨ ਯੂਨੀਅਨ ਨਾਲ ਖੜ੍ਹੇ ਹਾਂ, ਅਸੀਂ ਇਹ ਤਾਂ ਖੜ੍ਹੇ ਹਾਂ ਅਸੀਂ ਵੀ ਧੱਕਾ ਜੋ ਕਰ ਰਹੀ ਆ ਸਰਕਾਰ, ਸੈਂਟਰ ਸਰਕਾਰ ਸਾਡੇ ਨਾਲ ਡਰਾਈਵਰਾਂ ਨਾਲ, ਡਰਾਈਵਰਾਂ ਇੰਨੀ ਮਾੜੀ ਹਾਲਤ ਬਣਾ ਦੀ ਇਹਨਾਂ ਨੇ, 10 ਸਾਲ ਦੀ ਸਜ਼ਾ ਕੀਤੀ ਜੀ ਇਹਨਾਂ ਨੇ, ਕਾਨੂੰਨ ਬਣਾ ਕੇ ਇਹਨਾਂ ਨੇ ਸਾਨੂੰ ਬਹੁਤ ਹੈਰਾਨ ਕਰ ਰਹੀ ਹੈ ਸਰਕਾਰ ਇਹ, ਅਸੀਂ ਤਾਂ ਇਹਨਾਂ ਨਾਲ ਖੜ੍ਹਿਆ ਸੀ। ਇੱਕ ਇਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਐਂਬੂਲੈਂਸ ਆਵੇਗੀ ਉਹਨੂੰ ਰਾਹ ਦਿੱਤਾ ਜਾਵੇਗਾ, ਕਿਸਾਨਾਂ ਦੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਜੀ ਬਿਲਕੁਲ ਸਹੀ ਗੱਲ ਕੀਤਾ ਇਹਨਾਂ ਨੇ, ਅਸੀਂ ਕਹਿੰਦੇ ਨਾਲ ਖੜ੍ਹਿਆ ਸੀ, ਸਾਡੀ ਕੋਈ ਐਂਬੂਲੈਂਸ ਜਾਊਗੀ ਖੜ੍ਹਨੇ, ਕੋਈ ਮਰੀਜ਼ ਲੈ ਕੋਈ ਜਾਂ ਐਮਰਜੈਂਸੀ ਤਾਂ ਜਾਊਗੀ ਜੀ, ਉਹ ਨਹੀਂ ਜਾਊਗੀ ਖੜ੍ਹੀ ਐਂਬੂਲੈਂਸ ਦੇ ਨਾਲ ਵੀ।